ਬੱਬਰਵਾਲ ਜੀ ਕੀ ਮਾਮਲਾ ਕੀ ਹੈ ਜਿਹੜਾ ਐਕਸੀਡੈਂਟ ਹੋਇਆ? ਮਾਮਲਾ ਜੀ, ਮੈਂ ਜਲੰਧਰ ਤੋਂ ਆ ਰਿਹਾ ਸੀ ਲੁਧਿਆਣੇ ਜਾ ਰਿਹਾ, ਠੀਕ ਹੈ। ਇਹਦੀ ਕਾਰ ਵੀ ਆ ਰਹੀ ਸੀ ਜੀ, ਮੇਰੇ ਕਨੈਕਟ ਸਰ ਕਾਰ ਮਾਰੀ ਹੈ ਇਹਨੇ, ਇਹਨਾਂ ਨੂੰ ਬਜਾਉਂਦੇ ਬਜਾਉਂਦੇ ਮੇਰੀ ਗੱਡੀ ਪਲਟੀ ਹੋ ਗਈ। ਦੋਨੇ ਜਲੰਧਰ ਸਾਈਡ ਤੋਂ ਆ ਰਹੇ? ਦੋਨੋਂ ਇੱਧਰੋਂ ਆ ਰਹੇ ਸੀ ਜੀ, ਇਹ ਵੀ ਲੁਧਿਆਣੇ ਸਰ ਜਾ ਰਹੇ ਹਾਂ ਅਤੇ ਮੈਂ ਵੀ ਲੁਧਿਆਣੇ ਸਰ ਜਾ ਰਿਹਾ। ਬੰਦੇ ਬਚਾਅ ਆ? ਬੰਦੇ ਬਚਾਅ ਹੋ ਗਿਆ ਬਿਲਕੁਲ, ਰੱਬ ਦਾ ਮਾਲਕ ਦਾ ਸ਼ੁਕਰ ਹੈ। ਜਿਹੜਾ ਐਕਸੀਡੈਂਟ ਹੋਇਆ ਉਹਦਾ ਕਾਰਨ ਕੀ ਹੈ? ਕਾਰਨ ਜੀ ਇਹ ਸੀ, ਇਹ ਮੇਰੇ ਮੂਹਰੇ ਸੀ, ਨਾਲ ਨਾਲ ਆ ਰਹੇ ਸੀ, ਬਰਾਬਰ ਮੇਰੇ ਆਪਣੀ ਸੈਡ ਸੀ, ਇਹ ਆਪਣੀ ਸੈਡ ਸੀ, ਅੱਗੇ ਟਰਾਲੀ ਵਾਲਾ ਖੜ੍ਹਾ ਸੀ, ਟਰਾਲੀ ਵਾਲਾ ਨੇ ਝੱਕ ਦਿੱਤਾ, ਟਰਾਲੀ ਵਾਲਾ ਤਾਂ ਭੱਜ ਗਿਆ, ਇਹਨਾਂ ਨੇ ਗੋਡੇ ਨੂੰ ਕੱਟਿਆ, ਇਹ ਅੱਗੇ ਇਹਨਾਂ ਦੀ ਕਾਰ ਬਚਾਉਂਦੇ ਬਚਾਉਂਦੇ ਮੇਰੀ ਗੱਡੀ ਹੈ ਤੋਂ ਉਲਟ ਪਲਟੀ ਹੋ ਗਈ ਜੀ। ਹਾਂ, ਇੱਧਰ ਸਾਡ ਡਿੱਗ ਗਈ। ਇਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਨੁਕਸਾਨ ਤਾਂ ਕੋਈ ਨਹੀਂ, ਬਚਾਅ ਹੋ ਗਿਆ। ਮਾਲ ਜੀ ਇਹ ਰਬੜ ਹੈਗੀ ਹੈ, ਰਬੜ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ? ਜਲੰਧਰ ਤੋਂ ਲੁਧਿਆਣੇ ਲੈ ਕੇ ਜਾ ਰਹੇ ਸੀ। ਮਾਮਲਾ ਇਹ ਆ ਕਿ ਜਿਹੜਾ ਟਰੱਕ ਸੀਗਾ ਤੇ ਕਾਰ ਦੋਨੇ ਜਲੰਧਰ ਵੱਲੋਂ ਆ ਰਹੇ ਸੀਗੇ, ਜਿਹੜਾ ਕਾਰ ਮੋਹਰੇ ਸੀਗਾ ਤੇ ਦੱਸਦੇ ਪਹੁੰਚਣ ਤੋਂ ਪਤਾ ਲੱਗਾ ਕਾਰ ਅੱਗੇ ਸੀਗੀ, ਟਰੱਕ ਪਿੱਛੇ ਸੀਗਾ, ਇਹ ਦੋਨੇ ਅਪਸੈਟ ਹੋਣ ਦੇ ਕਰਕੇ ਇਹ ਇੱਕ ਦੂਜੇ ਦੇ ਪਲਟ ਗਏ। ਦੋਨੋਂ ਗੱਡੀਆਂ ਜਲੰਧਰ ਸਾਈਡ ਤੋਂ ਆ ਰਹੀਆਂ? ਹਾਂ, ਜਲੰਧਰ ਸਾਈਡ ਤੋਂ ਆ ਰਹੀਆਂ। ਦੋਨੇ ਬਿਲਕੁਲ ਸਹੀ ਸਲਾਮਤ ਆ, ਕੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ, ਗੱਡੀਆਂ ਦਾ ਨੁਕਸਾਨ ਹੋਇਆ? ਗੱਡੀ ਦੇ ਵਿੱਚ ਸਵਾਰ ਸੀ ਕੋਈ? ਨਾਮ ਵਗੈਰਾ ਹੈ ਇਹਨਾਂ ਦਾ? ਨਾਂ ਹੈਗਾ ਜੀ ਕਾਰ ਵਾਲੇ ਦਾ, ਸ਼ੇਸ਼ਪਾਲ ਚਾਵਲਾ, ਸਨ ਆਫ ਸ਼੍ਰੀ ਰਾਮ ਚਾਵਲਾ ਵਾਸੀ ਮਹੱਲਾ ਗ੍ਰੀਨ ਮਾਡਲ ਟਾਊਨ ਦਾ, ਜਲੰਧਰ ਦਾ ਰਹਿਣ ਵਾਲਾ। ਟਰੱਕ ਵਾਲਾ ਇਹ ਹੈਗਾ ਵਿਪਨ ਕੁਮਾਰ ਸਨ ਆਫ ਪੂਰਨ ਚੰਦ ਵਾਸੀ ਜੋਗਿਆਂ ਠਾਣਾ, ਇਹ ਹੈਗਾ ਜੇ ਐਂਡ ਕੇ ਦਾ ਰਹਿਣ ਵਾਲਾ। ਬਿਲਕੁਲ ਬਿਲਕੁਲ ਸਹੀ ਹੈ, ਬੰਦੇ ਕੋਈ ਕਿਸੇ ਦਾ ਨੁਕਸਾਨ ਨਹੀਂ, ਇਹ ਗੱਡੀਆਂ ਦਾ ਨੁਕਸਾਨ।